ਅੱਜ ਕਿੱਥੇ ਚਿੱਤੇ ਆ ਗਈ ਤੈਨੂੰ ਪ੍ਰੀਤੋ ਹੈ ਕੰਮ ਲੱਭਦੀ ਫਿਰਦੀ ਹਾਹਾ ਕੰਮ ਦੇ ਤਾਂ ਲੇਖੇ ਹੀ ਟੁੱਟ ਗਏ ਮੈਂ ਕਹਿੰਦੀ ਛੱਡ ਗੱਲ ਦੇ ਮੈਂ ਕਹਿੰਦੀ ਕਨੇਡਾ 'ਚ ਹੈ ਟੂ ਮੱਚ ਮੰਦਾ ਹੋ ਗਿਆ ਹੈ ਸਾਰੇ ਬੰਨੇ ਹੀ ਹੋਊਗਾ ਅਜੇ ਟੂ ਮੱਚ ਹੀ ਮੈਂ ਕਹਿੰਦੀ ਟੂ ਮੱਚ ਮੰਦਾ ਕੋਈ ਕੰਮ ਨਹੀਂ ਮਿਲਦਾ ਕੋਈ ਕੱਖ ਨਹੀਂ ਹੈ ਮੈਂ ਤੈਨੂੰ ਕਿੱਥੇ ਲਵਾ ਦਾਂ ਆਹ ਇੱਕ ਕੰਮ ਹੈਗਾ ਹੀ ਜੇ ਤੂੰ ਕਰ ਸਕਦੀ ਹੈ ਹੈਂ ਆ ਮੈਂ ਲੱਗੀ ਸੀ ਉੱਥੇ ਪਹਿਲੀਆਂ 'ਚ ਮੈਂ ਉੱਥੇ ਕੰਮ ਕਰਦੀ ਰਹੀ ਹਾਂ ਇਹ ਕੰਮ ਹੈਗਾ ਜੀ ਮੱਸੀ ਦਾ ਹਾਂ ਮੱਸੀ ਦੀ ਫੈਕਟਰੀ ਹੈ ਇੱਥੇ ਜੇ ਉਹ ਕਰਨਾ ਤਾਂ ਮੈਂ ਤੈਨੂੰ ਲਵਾ ਦੇਣੀ ਮੇਰੀ ਭੈਣ ਉੱਥੇ ਲੱਗੀ ਲਵਾ ਦੂਗੀ ਚੰਗੀ ਕੁੜੀ ਉੱਦਾਂ ਬਹੁਤ ਚੰਗੀ ਮੇਰੀ ਭੈਣ ਆਹ ਅਤੇ ਲਵਾ ਦੂ ਤੈਨੂੰ ਜੇ ਤੂੰ ਕਹੇ ਦੇ ਹਾਏ ਹਾਏ ਜਦੋਂ ਮੈਂ ਗਈ ਤਾਂ ਮੈਂ ਪਹਿਲਾਂ ਕੰਮ ਕਰਨਾ ਉਹ ਕਹਿਣਾ ਪ੍ਰੀਤੋਂ ਕੀ ਗੱਲਾਂ ਲੈ ਕੇ ਬਹਿ ਗਈ ਅਤੇ ਕੁੜੇ ਕਦੋਂ 8-9 ਘੰਟੇ ਮੁੱਕਣ ਹੀ ਨਾ ਹਾਏ ਬਾਰ ਬਾਰ ਟਾਈਮ ਫੀਸ ਵੱਲ ਵੇਖਾਂ ਬਾਰ ਬਾਰ ਟਾਈਮ ਫੀਸ ਵੱਲ ਵੇਖਾਂ ਹਾਏ 8-9 ਘੰਟੇ ਕਦੋਂ ਹੋ ਗਏ ਤਾਂ ਮੈਂ ਘਰ ਵਾਪਸ ਜਾਊਂ ਹੈ ਅਤੇ ਟੂ ਮੱਚ ਮੱਸੀਆਂ ਹੀ ਮੱਸੀਆਂ ਘੱਟ ਵੱਡ ਹਾਏ ਹਾਏ ਮੁੱਕਣ ਹੀ ਨਾ ਤਾਂ ਮੈਂ ਪੁੱਛ ਬੈਠੀ ਸੀ ਉੱਥੇ ਜਿਹੜੀ ਪੁਰਾਣੀ ਲੱਗੀ ਸੀ ਮੈਂ ਭੈਣ ਜੀ ਮੈਨੂੰ ਇਹ ਦੱਸੋ ਕਿ ਇਹ ਕਦੋਂ ਮੁੱਕੜੀਆਂ ਮੱਸੀਆਂ ਅਤੇ ਕਿਹੜੇ ਉਹ ਬਣਾ ਸਵਾਰ ਕੇ ਕਹਿੰਦੀ ਮੈਨੂੰ ਤਾਂ ਇੱਥੇ 20 ਸਾਲ ਹੋ ਗਏ ਕੰਮ ਕਰਦੀਆਂ ਨੂੰ ਹੈਂ ਸਾਨੂੰ ਅਤੇ ਕਹਿੰਦੀ ਸਾਡੇ ਤਾਂ ਮੁੱਕੀਆਂ ਨਹੀਂ ਮੱਸੀਆਂ ਅਤੇ ਕਹਿੰਦੀ ਤੂੰ ਅੱਜ ਪਹਿਲੇ ਦੇਣਾ ਹੀ ਤੂੰ ਮੱਸੀਆਂ ਮੁਕਾ ਦੇ ਕਹਿੰਦੀ ਆਹੋ ਕਿਹੜੇ ਇੱਦਾਂ ਕਹਿੰਦੀ ਮੈਨੂੰ ਹਾਏ ਹਾਏ ਅਤੇ ਭੈਣ ਜੀ ਕਿਤੇ ਜਿਹੜੇ ਕੱਪੜੇ ਪਾਏ ਹੁੰਦੇ ਮੱਸੀਆਂ ਦਾ ਕਿਤੇ ਲਹੂ ਮਗਣੀ ਸਾਰੇ ਕੱਪੜੇ ਲਿਬੜੇ ਹੁੰਦੇ ਅੱਗੇ ਜਿਹੜੇ ਪਾਏ ਹੁੰਦੇ ਤੁਸੀਂ ਅਤੇ ਹਾਏ ਹਾਏ ਐਂ ਲੱਗਦਾ ਜਿੱਦਾਂ ਬਲੀ ਦਿੱਤੀ ਹੁੰਦੀ ਕਿਸੇ ਦੀ ਹੈਂ ਆਹੋ ਜਿੱਦਾਂ ਬਲੀ ਦੇ ਕੇ ਆਏ ਨੇ ਇੱਦਾਂ ਦਾ ਕੰਮ ਆ ਪਰ ਇਹ ਆ ਕਿ ਹੁਣ ਮਿਹਨਤ ਤਾਂ ਕਰਨੀ ਪੈਣੀ ਆ ਢਿੱਡ ਪਾਪੀ ਜਿਹੜਾ ਕਹਿੰਦੇ ਭਰਨਾ ਹੀ ਪੈਣਾ ਕੀ ਕਰੇ ਕੋਈ ਹੁਣ ਹੈਂ ਪਹਿਲਾਂ ਅੱਖਾਂ ਲੱਗਦਾ ਉੱਦਾਂ ਅਤੇ ਮੁਹਕਲ ਤਾਂ ਸਾਰੇ ਕੰਮ ਹੀ ਆ ਇੱਕ ਗੱਲ ਮੁਹਕਲ ਤਾਂ ਸਾਰੇ ਕੰਮ ਆ ਅਤੇ ਜੇ ਤੂੰ ਕਰਨਾ ਆ ਤਾਂ ਮੈਂ ਕਹਿ ਦਿੰਦੀ ਹਾਂ ਨਾ ਹੈ ਅਤੇ ਲੱਗ ਜੇ ਵੇਖ ਲਾ ਫਿਰ ਤੇਰੀ ਮਰਜ਼ੀ ਹੈ ਹੋਰ ਤਾਂ ਮੈਨੂੰ ਕੋਈ ਕੰਮ ਦਿਖਦਾ ਨਹੀਂ ਨਾ ਲੱਭਦਾ ਹੀ ਆ ਭੈਣ ਜੀ ਨਾ ਮੰਦਾ ਬਹੁਤ ਟੂ ਮੱਚ ਮੰਦਾ ਟੂ ਮੱਚ ਮੰਦਾ ਹੋ ਗਿਆ ਵੇਖ ਲਾ ਕਰਕੇ ਸਲਾਹ ਫਿਰ ਮੈਂ ਲਵਾ ਦੂੰ ਹੈ ਇਹ